ਮੋਗਾ ਵਿਖੇ ਸਥਿਤ ਨੇਚਰ ਪਾਰਕ ਜੋ ਕਿ ਪੂਰੇ ਸ਼ਹਿਰ ਵਾਸੀਆਂ ਨੂੰ ਕੁਦਰਤ ਦੇ ਨਾਲ ਜੋੜਦੀ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ, ਬੱਚੇ, ਔਰਤਾਂ ਆਦਿ ਆ ਕੇ ਕੁਦਰਤ ਦਾ ਆਨੰਦ ਲੈਂਦੇ ਹਨ ਅਤੇ ਬੱਚੇ ਇੱਥੇ ਝੂਲੇ ਝੂਟਦੇ ਹਨ ਅਤੇ ਨੌਜਵਾਨ ਪਾਰਕ ਦੇ ਵਿੱਚ ਆ ਕੇ ਕਸਰਤ ਕਰਦੇ ਹਨ। ਇਸ ਪਾਰਕ ਦੇ ਵਿੱਚ ਨੇਚਰ ਲਵਰ ਕਲੱਬ, ਮਿੱਤਰ ਸਭਾ ਅਤੇ ਕੇਕੇ ਕਲੱਬ ਸਹਿਤ ਅਨੇਕਾਂ ਸੰਸਥਾਵਾਂ ਵੱਲੋਂ ਪਾਰਕ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ। ਮੋਗਾ ਤੋਂ ਨਰੇਸ਼ ਕੋੜਾ ਦੀ ਰਿਪੋਰਟ। ਮੇਰਾ ਨਾਮ ਸ਼ਾਮ ਚੋਪੜਾ ਜੀ। ਅੱਜ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਬਿਲਕੁਲ ਉਜਾੜ ਹੁੰਦਾ ਸੀ ਇਸ ਟਾਈਮ, ਅੱਜ ਤੋਂ 5-6 ਸਾਲ ਪਹਿਲਾਂ। ਇਹ ਸਾਡੀ ਟੀਮ ਦੇ ਸਹਿਯੋਗ ਨਾਲ ਇਸ 'ਤੇ ਕਾਫੀ ਵਿਰਕਸ਼ ਲਗਾਏ ਗਏ ਅਤੇ ਇਸਨੂੰ ਪਾਰਕ ਨੁਮਾ ਦਾ ਰੂਪ ਦਿੱਤਾ ਗਿਆ ਅਤੇ ਇਸਦੇ ਰੰਗ ਰੋਗਨ ਦਾ ਪ੍ਰਬੰਧ ਕੀਤਾ ਗਿਆ ਅਤੇ ਲੋਕਾਂ ਦੇ ਬੈਠਣ ਵਾਸਤੇ ਬੈਂਚ ਔਰ ਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਟਾਈਮ ਇਹ ਇੱਕ ਮੋਗੇ ਦੀ ਸ਼ਾਨ ਬਣ ਚੁੱਕਾ ਹੈ ਅਤੇ ਇਸਨੂੰ ਮੋਗੇ ਦਾ ਫੇਫੜਾ ਜੇ ਕਹਾਂ ਤਾਂ ਇਸ ਦੇ ਵਿੱਚ ਵੀ ਕੋਈ ਬ੍ਰਿਜ ਨਹੀਂ ਹੋਵੇਗਾ। ਸੋ ਮੈਂ ਇਹੀ ਕਹਿਣਾ ਚਾਹੂੰਗਾ ਵੱਧ ਤੋਂ ਵੱਧ ਲੋਕ ਆਪਣੇ ਆਲੇ ਦੁਆਲੇ ਵਿਰਕਸ਼ ਲਾਉਣ ਤਾਂ ਜੋ ਤਾਪਮਾਨ ਵੱਧ ਰਿਹਾ ਹੈ, ਗਰਮੀ ਵੱਧ ਰਹੀ ਹੈ, ਉਸਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਇਸ ਤਰ੍ਹਾਂ ਦੇ ਹੋਰ ਵੀ ਪਾਰਕ ਆਪਣੇ ਇਲਾਕੇ ਦੇ ਵਿੱਚ ਬਣਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚੰਗੀ ਸਿਹਤ ਅਤੇ ਸਿਹਤ ਮਿਲ ਸਕੇ। ਜਿਹੜਾ ਇੱਕ ਨਾੜ ਦਾ ਅੱਜ ਕੱਲ੍ਹ ਨਾੜ ਸਾੜੀ ਜਾਂਦੇ ਆ ਜੱਟ ਜ਼ਿਮੀਂਦਾਰ, ਜਿਨ੍ਹਾਂ ਦਾ ਰੋਜ਼ ਦਾ ਕੋਈ ਪੰਛੀ ਜਾਂ ਜਿੰਨੇ ਵੀ ਆਹ ਨੁਕਸਾਨ ਹੋ ਰਹੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗਾ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ, ਇਸਦਾ ਕੋਈ ਕਿਸਾਨ ਨੂੰ ਅਲਟਰਨੇਟ ਦਿੱਤਾ ਜਾਵੇ। ਕਿਸਾਨ ਮਜ਼ਬੂਰ ਵੱਸ ਹੋ ਕੇ ਇਹ ਕੰਮ ਕਰਦੇ ਹਨ ਪਰ ਇਸਦਾ ਨੁਕਸਾਨ ਸਾਰੀ ਮਾਨਵਤਾ ਨੂੰ ਹੈ ਕਿਉਂਕਿ ਕਿਸਾਨ ਵੀ ਇਸ ਤੋਂ ਸੁੱਤੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਦੇ ਪਰਿਵਾਰ ਹਨ, ਕਿਉਂਕਿ ਇਸ ਲਈ ਇਸਨੂੰ ਰੋਕਿਆ ਜਾਵੇ, ਕੰਟਰੋਲ ਕੀਤਾ ਜਾਵੇ ਅਤੇ ਜਾਂ ਇਸ ਦਾ ਜੋ ਖਰਚਾ ਹੁੰਦਾ ਉਸਦਾ ਕੋਈ ਸਹਾਇਤਾ ਦੇ ਰੂਪ ਵਿੱਚ ਕਿਸਾਨਾਂ ਨੂੰ ਦਿੱਤੀ ਜਾਵੇ। ਸ਼ਮਸ਼ੇਰ ਸਿੰਘ ਮੱਟਾ ਜੀ, ਇਹ ਜਿਹੜਾ ਪਾਰਕ ਹੈ ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੁੰਦੇ, ਉਹਦੇ ਬਾਰੇ ਮੈਨੂੰ ਥੋੜ੍ਹੀ ਖੁੱਲ੍ਹ ਕੇ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਇੱਥੇ ਨੇਚਰ ਪਾਰਕ ਨੂੰ ਕਵਰ ਕਰਨ ਵਾਸਤੇ ਆਏ ਹੋ। ਇਹ ਪਾਰਕ ਦੀ ਡਿਵੈਲਪਮੈਂਟ ਜੀ ਡੀਜੀਪੀ ਸਾਹਿਬ ਨੇ ਸ਼ੁਰੂ ਕੀਤੀ ਸੀਗੀ ਤਾਂ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ। ਉਸ ਤੋਂ ਬਾਅਦ ਹੋਰ ਕਲੱਬਾਂ ਆਉਂਦੀਆਂ ਗਈਆਂ, ਕੰਮ ਕਰਦੇ ਗਏ ਚਲੇ ਗਏ, ਕੰਮ ਕਰਦੇ ਗਏ ਚਲੇ ਗਏ। ਇਸੇ ਤਰ੍ਹਾਂ ਹੀ ਮੈਨੂੰ ਸੇਵਾ ਦਾ ਮੌਕਾ ਮਿਲਿਆ, ਮੈਂ ਇੱਥੇ ਆਪਦੀ ਟੀਮ ਨਾਲ ਕੰਮ ਸ਼ੁਰੂ ਕੀਤਾ। ਮੈਨੂੰ ਵਾਤਾਵਰਨ ਦਾ ਨੇਚਰ ਨਾਲ ਪਿਆਰ ਹੈਗਾ, ਇਸ ਕਰਕੇ ਅਸੀਂ ਬਹੁਤ ਸਾਰੇ ਪੌਦੇ ਲਾਏ। ਜੈਨ ਸਕੂਲ ਐਕਸੀਅਨ ਰਿਟਾਇਰ ਮੇਰੇ ਨਾਲ ਹੈਗੇ ਆ, ਪ੍ਰਵੀਨ ਗਰਗ ਜੀ ਆ, ਤਾਂ ਬੜੀ ਲੰਬੀ ਟੀਮ ਆ ਸਾਡੀ ਜਿਹੜੀ ਇੱਥੇ ਸੇਵਾ ਕਰਦੀ ਹੈ। ਅਤੇ ਅੱਗੇ ਤੁਹਾਡੇ ਕੀ ਉਪਰਾਲੇ ਹੋਣਗੇ, ਜਿਵੇਂ ਕਿ ਅੱਜ ਦਾ ਗਰਮੀ ਦਾ ਮਾਹੌਲ ਬਹੁਤ ਜ਼ਿਆਦਾ ਚੱਲ ਰਿਹਾ ਔਰ ਅੱਗੇ ਕੁਛ ਪਰਸੈਂਟ ਡਿਗਰੀ ਹੁੰਦੀ ਸੀ ਅਤੇ ਅੱਜ ਦੀ ਡੇਟ 'ਚ ਤਾਂ 55-56 ਜਿਹੜਾ ਵੱਧ ਰਿਹਾ ਪਾਰਾ, ਤੁਸੀਂ ਇਸ ਸੰਬੰਧ 'ਚ ਕੀ ਲੋਕਾਂ ਨੂੰ ਜਾਣਕਾਰੀ ਦਿਓਗੇ ਔਰ ਤੁਹਾਡਾ ਕੀ ਮੈਸੇਜ ਰਹੇਗਾ? ਕੋਈ ਸ਼ੱਕ ਨਹੀਂ ਜੀ, ਬੜਾ ਚਿੰਤਾ ਦਾ ਵਿਸ਼ਾ, ਜਿਹੜੀ ਗਰਮੀ ਆ, ਟੈਂਪਰੇਚਰ ਬਹੁਤ ਵੱਧ ਰਿਹਾ। ਇਸ ਪਾਰਕ ਦੇ ਵਿੱਚ 3 ਆਲਰੇਡੀ ਮੋਟਰਾਂ ਹੈਗੀਆਂ ਪਰ ਸਾਡੇ ਤੋਂ 3 ਮੋਟਰਾਂ ਨੂੰ ਚਲਾ ਕੇ ਵੀ ਪਾਣੀ ਨਹੀਂ ਦਿੱਤਾ ਜਾ ਰਿਹਾ ਪੌਦਿਆਂ ਨੂੰ। ਲੋੜ ਹੈ ਵੱਡੇ ਪੌਦਿਆਂ ਦਾ ਵਿਸਰਜਣ ਦਾ, ਛੋਟੇ ਪੌਦਿਆਂ ਨੂੰ ਪਾਣੀ ਦੀ ਬਹੁਤ ਲੋੜ ਹੈ। ਮੈਂ ਤਾਂ ਸ਼ਹਿਰ ਨਿਵਾਸੀਆਂ ਨੂੰ ਕਿਹਾ ਜਿਹੜੇ ਇੱਥੇ ਸੈਰ ਕਰਨ ਆਉਂਦੇ ਉਹਨਾਂ ਪ੍ਰੇਮੀਆਂ ਨੂੰ ਕੋਈ ਬੇਨਤੀ ਕਰੂੰਗਾ ਵੀ ਘੱਟੋ ਘੱਟ ਤੁਸੀਂ ਜੇ ਕਰ ਸਕਦੇ ਹਾਂ ਤਾਂ 1 ਬੋਤਲ ਪਾਣੀ ਦੀ 1.5 ਜਾਂ 2 ਲੀਟਰ ਦੀ ਘਰੋਂ ਭਰ ਕੇ ਲਿਆਓ ਤਾਂ ਛੋਟੇ ਪੌਦੇ ਨੂੰ ਦੇ ਦਿਓ, ਇਹ ਪਾਰਕ ਇੱਦਾਂ ਹੀ ਹਰਾ ਭਰਾ ਹੋ ਜਾਊਗਾ। ਔਰ ਜਿਵੇਂ ਮੱਟਾ ਜੀ ਦੇਖਣ 'ਚ ਆਇਆ ਕਿ ਜਿਹੜੇ ਲੋਕ ਜਿਵੇਂ ਹੁਣ ਆਪਣੇ MC ਨੇ ਸ਼ਹਿਰ ਦੇ ਵਿੱਚ ਹਰ ਜਗ੍ਹਾ 'ਤੇ, MLS ਵੀ ਹੈਗੇ ਨੇ, ਉਹ ਜਿਹੜੇ ਆਪਦੇ ਸਾਰੇ MLA ਆਪਣੇ ਜਿਹੜੇ ਹੈਗੇ MC ਹੈ ਉਹਨਾਂ ਨੂੰ ਵੀ ਜਾਣਕਾਰੀ ਦੇ ਕੇ ਜੇ ਹਰ ਬੰਦਾ 2-2 ਬ੍ਰਿਕਸ਼ ਵੀ ਲਾਵੇ ਆਪਣਾ ਜਿਹੜਾ ਟਾਰਗੇਟ ਉਹ ਪੂਰਾ ਹੋ ਸਕਦਾ? ਬਿਲਕੁਲ ਜੀ, 2-2 ਕੀ 1-1 ਬ੍ਰਿਕਸ਼ ਲਾ ਕੇ ਉਹਨੂੰ ਪਾਲਣ ਦਾ ਜੇ ਤੁਸੀਂ ਪ੍ਰਣ ਕਰ ਲਓ ਤਾਂ ਆਪਣਾ ਵਾਤਾਵਰਨ ਬੜਾ ਸ਼ੁੱਧ ਹੋ ਸਕਦਾ। ਰਜਿੰਦਰ ਕੋਹਲੀ, ਨੇਚਰ ਪਾਰਕ ਮੋਗਾ। ਮੈਂ ਸਾਰੇ ਜਨਤਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਜੋ ਸਮੱਸਿਆ ਗਰਮੀ ਦੀ ਚੱਲ ਰਹੀ ਹੈ
ਉਹਦੇ ਵਿੱਚ ਟੈਂਪਰੇਚਰ 48 ਡਿਗਰੀ ਕਿਤੇ 50 ਡਿਗਰੀ ਸ਼ੋ ਕਰ ਰਿਹਾ, ਉਸ ਦੇ ਵਿੱਚ ਸਾਨੂੰ ਸਾਰੇ ਸਮਾਜ ਨੂੰ ਉੱਠਣਾ ਚਾਹੀਦਾ ਔਰ ਸਾਨੂੰ ਵੱਧ ਤੋਂ ਵੱਧ ਪੇੜ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਅਸੀਂ ਪੇੜ ਲਗਾਵਾਂਗੇ ਤਾਂ 20 ਸਾਲ ਬਾਅਦ ਉਹ ਪੇੜ ਵੱਡੇ ਹੋ ਕੇ, ਉਹ ਪੌਦੇ ਵੱਡੇ ਹੋ ਕੇ ਸਾਨੂੰ ਛਾਇਆ ਦੇਣਗੇ ਔਰ ਅਸੀਂ ਆਪਦੇ ਸਮਾਜ ਨੂੰ, ਆਪਦੇ ਬੱਚਿਆਂ ਨੂੰ ਅਗਰ ਕੁਝ ਦੇਣਾ ਚਾਹੁੰਦੇ ਹਾਂ, ਇਸ ਪਰਿਆਵਰਨ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਵੱਧ ਤੋਂ ਵੱਧ ਪੇੜ ਲਗਾਉਣੇ ਚਾਹੀਦੇ ਹੈ, ਗ੍ਰੀਨਰੀ ਵਧਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਇਸ ਕਹਿਰ ਤੋਂ ਬਚ ਸਕੀਏ, ਕਿਉਂਕਿ ਗਲੋਬਲ ਵਾਰਮਿੰਗ ਸਾਰੀ ਦੁਨੀਆ ਦੇ ਵਿੱਚ ਇੱਕ ਵਿਨਾਸ਼ ਬਣ ਰਿਹਾ ਔਰ ਇਸ ਤੋਂ ਬਚਣ ਵਾਸਤੇ ਮੈਂ ਪ੍ਰਾਰਥਨਾ ਔਰ ਬੇਨਤੀ ਸਾਰਿਆਂ ਨੂੰ ਕਰਾਂਗਾ, ਸਾਰੇ ਸਮਾਜ ਨੂੰ ਕਰਾਂਗਾ ਕਿ ਵੱਧ ਤੋਂ ਵੱਧ ਪੇੜ ਲਗਾਏ ਜਾਣ, ਵੱਧ ਤੋਂ ਵੱਧ ਪੌਦੇ ਲਗਾਓ ਤਾਂ ਕਿ ਅਸੀਂ ਇਸ ਚੀਜ਼ ਤੋਂ ਬਚ। ਜਿਵੇਂ ਕੋਹਲੀ ਸਾਹਿਬ, ਇੱਕ ਮੇਰੀ ਹੋਰ ਜਾਣਕਾਰੀ ਦਿਓ, ਜਿਵੇਂ ਆਹ ਹਰ ਜਗ੍ਹਾ 'ਤੇ ਵਰਕਸ਼ਾਪ ਸੁੱਕੇ ਪਏ ਆ ਜਾਂ ਲੋਕ ਫੋਟੋ ਖਿਚਾਉਣ 'ਚ ਜ਼ਿਆਦਾ ਵਿਸ਼ਵਾਸ ਰੱਖਦੇ ਆ ਔਰ ਪਾਣੀ ਕਿਸੇ ਤਰ੍ਹਾਂ ਦਾ ਨਹੀਂ, ਕੀ ਮੈਸੇਜ ਰਹੇਗਾ ਔਰ ਪਾਣੀ, ਜਿਵੇਂ ਹੁਣ ਪੌਦਿਆਂ ਨੂੰ ਪਾਣੀ ਨਹੀਂ ਮਿਲ ਰਿਹਾ ਐਕਚੁਅਲ ਦੇ ਵਿੱਚ, ਇਹਦਾ ਕੀ ਉਪਰਾਲਾ ਹੋ ਰਿਹਾ? ਦੇਖੋ, ਅਸੀਂ ਜਦੋਂ ਨੇਚਰ ਪਾਰਕ ਦੇ ਵਿੱਚ ਐਂਟਰ ਕੀਤੇ ਹਾਂ, ਇੱਕ ਬਿਲਕੁਲ ਬਹੁਤ ਹੀ ਬੁਰੇ ਹਾਲ ਦੇ ਵਿੱਚ ਸੀ, ਜੰਗਲਾਤ ਬਣਿਆ ਹੋਇਆ ਸੀ, ਉਹਨੂੰ ਅਸੀਂ ਬਿਲਕੁਲ ਸਕਰੀਨਿੰਗ ਕਰਕੇ, ਸਫਾਈ ਕਰਕੇ, ਇਹਦੇ 'ਚ ਪਾਣੀ ਦਾ ਸਿਸਟਮ ਬਣਾਇਆ, ਸਾਰੇ ਇੱਥੇ ਵਰਕਰ ਸੇਵਾਦਾਰ ਜਿਹੜੇ ਹੈ ਉਹ ਟਾਈਮ ਟੂ ਟਾਈਮ ਪਾਣੀ ਦਿੰਦੇ ਹੈ ਔਰ ਸਾਰੀ ਗ੍ਰੀਨਰੀ ਹੈ। ਦੇਖੋ, ਇੱਥੇ ਬਹੁਤ ਘੱਟ ਪੌਦੇ ਕੋਈ ਐਸਾ ਮਿਲੇਗਾ ਜਿਹੜਾ ਸੁੱਕ ਜਾਏਗਾ, ਅਦਰਵਾਈਜ਼ ਇੱਥੇ ਬਹੁਤ ਹੀ ਅੱਛਾ, ਤੁਹਾਨੂੰ ਆ ਕੇ ਐਂ ਲੱਗੇਗਾ ਵੀ ਅਸੀਂ ਵਿਦੇਸ਼ ਦੇ ਵਿੱਚ ਆ ਗਏ। ਐਸਾ ਨੇਚਰ ਪਾਰਕ ਅਸੀਂ ਕ੍ਰੀਏਟ ਕੀਤਾ ਸਾਰਿਆਂ ਨੇ ਮਿਲ ਕੇ, ਕਿ ਇਹਦੇ ਤੁਹਾਨੂੰ ਬਹੁਤ ਅੱਛਾ ਮਹਿਸੂਸ ਹੁੰਦਾ, ਤੁਹਾਡੇ ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਵੀ ਇਹ ਬਹੁਤ ਅੱਛਾ ਮਹਿਸੂਸ ਹੋਏਗਾ, ਸੰਭਾਲਣਾ ਵੀ ਸਾਡਾ ਕੰਮ ਹੈ, ਪਾਣੀ ਦੇਣਾ ਵੀ ਸਾਡਾ ਕੰਮ ਹੈ ਔਰ ਬਾਕੀ ਤਾਂ ਹਰ ਬੰਦੇ ਦਾ ਇਹ ਫਰਜ਼ ਹੈ ਕਿ ਇਸ ਦੀ ਸੇਵਾ ਕਰਨੀ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।